ਸਾਰਿਆਂ ਨੂੰ ਸਵਕਤ ਹੈ ਤੁਹਾਡੇ ਮੇਰੇ YouTube ਚੈਨਲ ਦੇ ਉੱਤੇ ਬੀਏ ਸੈਮੈਸਟਰ 1 ਪੰਜਾਬੀ ਇਲੈਕਟਿਵ ਦਾ ਰੂਪਤਾਰਾ ਨਾਵਲ ਦਾ ਵਿਸ਼ਾ ਵਸਤੂ ਲੈ ਕੇ ਮੈਂ ਆਜ਼ਰਾ ਲਾਸਟ ਮਿੰਟ ਪ੍ਰੈਪਰੇਸ਼ਨ ਰਿਗਾਰਡਿੰਗ ਵੀਡੀਓ ਤਿਆਰ ਕੀਤੀ ਹੈ ਸੋ ਬਿਨਾ ਸਕਿਪ ਕਰੇ ਐਂਡ ਤੱਕ ਵੀਡੀਓ ਨੂੰ ਸੁਣਿਓ ਦੇਖਿਓ Telegram ਚੈਨਲ ਵੀ ਤੁਸੀਂ ਫੋਲੋ ਕਰ ਸਕਦੇ ਹੋ ਬਿਕੋਜ਼ ਬਹੁਤ ਸਾਰੀਆਂ ਅਪਡੇਟਸ PDFਸ ਮੈਂ ਉੱਥੇ ਦਿੰਦੀ ਰਹਿਣੀ ਆ ਤੇ ਨਾਲ ਹੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਵੀ ਕਰਿਓ ਜਿਨ੍ਹਾਂ ਨੇ ਨਹੀਂ ਕੀਤਾ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਰੂਪਤਾਰਾ ਨਾਵਲ ਜਸਵੰਤ ਸਿੰਘ ਕਵਲ ਦੀ ਉੱਗੀ ਰਚਨਾ ਹੈ ਇਹ ਨਾਵਲ 1959 ਵਿੱਚ ਲਿਖਿਆ ਗਿਆ ਸੀ ਸੋ ਇਸ ਨਾਵਲ ਦੇ ਵਿੱਚ ਨਾ 1947 ਦੇ ਟਾਈਮ ਜਿਹੜੀ ਪਲੇਗ ਦੀ ਬਿਮਾਰੀ ਭੁਖਮਰੀ ਵਗੈਰਾ ਫੈਲੀ ਸੀ ਉਸ ਦੇ ਰਿਗਾਰਡਿੰਗ ਕਾਫੀ ਸਾਰੀਆਂ ਡੈਥਸ ਹੋ ਗਈਆਂ ਸੀਗੀਆਂ ਸੋ ਉਹਨਾਂ ਦਾ ਵੀ ਕਿਤੇ ਕਿਤੇ ਜ਼ਿਕਰ ਦੇਖਣ ਨੂੰ ਮਿਲਦਾ ਹੈ ਸੋ ਪਰਿਵਾਰ ਕਾਫੀ ਟੁੱਟੇ ਸੀਗੇ ਇਸ ਨਾਵਲ ਦਾ ਵਿਸ਼ਾ ਵਸਤੂ ਸਾਡੇ ਸਮਾਜ ਵਿੱਚ ਆਰਥ ਦੀ ਮਾੜੀ ਦਸ਼ਾ ਦੁੱਖ ਦੁਆਲੇ ਘੁੰਮਦਾ ਹੈ ਸਾਡਾ ਸਮਾਜ ਆਦਮੀ ਪ੍ਰਧਾਨ ਹੈ ਬਿਕੋਜ਼ ਆਦਮੀ ਜਿਹੜੇ ਨੇ ਘਰ ਚਲਾਉਂਦੇ ਨੇ ਹਨਾ ਹੈਡ ਆਫ ਦਾ ਫੈਮਿਲੀ ਆਦਮੀ ਨੇ ਪਿੱਤਰ ਵਰਗੀ ਪਰਿਵਾਰ ਨੇ ਸੋ ਇਹ ਸਮਾਜ ਵਿੱਚ ਔਰਤਾਂ ਦਾ ਨਿਰਾਦਰ ਕੀਤਾ ਜਾਂਦਾ ਹੈਗਾ ਤਕਰੀਬਨ ਸੋ ਹੁਣ ਤੱਕ ਆਟਾ ਹੈ ਲੇਕਿਨ ਉਸ ਟਾਈਮ ਦਾ ਜਦੋਂ ਨਾਵਲ ਦਾ ਇਹ ਸੀਨ ਹੈਗਾ ਤਾਂ ਉਸ ਟਾਈਮ ਜਿਹੜਾ ਹੈਗਾ ਉਸ ਟਾਈਮ ਔਰਤਾਂ ਦਾ ਬਹੁਤ ਨਿਰਾਦਰ ਕੀਤਾ ਜਾਂਦਾ ਸੀਗਾ ਉਹਨਾਂ ਨੂੰ ਪੜਾਇਆ ਲਿਖਾਇਆ ਨਹੀਂ ਸੀ ਜਾਂਦਾ ਘਰ ਦੀ ਚਾਰ ਦੀਵਾਰੀ ਚ ਰਹਿੰਦੀਆਂ ਸੀ ਸੋ ਅਤਿਆਚਾਰ ਕੀਤਾ ਜਾਂਦਾ ਸੀ ਸੋ ਅਤਿਆਚਾਰ ਦਾ ਕਾਰਨ ਕੀ ਸੀਗਾ ਕਿ ਕੁੜੀਆਂ ਦੇ ਮਾਪਿਆਂ ਦੀ ਕਮਜ਼ੋਰ ਆਰਥਿਕ ਹਾਲਾਤ ਹੁੰਦੇ ਸੀਗੇ ਕਿਉਂਕਿ ਉਸ ਟਾਈਮ ਗਰੀਬੀ ਬਹੁਤ ਸੀ ਆਪਣੇ ਦੇਸ਼ ਵਿੱਚ ਅਤੇ ਸਮਾਜ ਵਿੱਚ ਉਹਨਾਂ ਨਾਲ ਵਿਤ ਕਰਾਉਂਦਾ ਹੈ ਨਾ ਸੋ ਆਰਥਿਕ ਹਾਲਾਤ ਨੇ ਉਹਨਾਂ ਦੇ ਮਾਪਿਆਂ ਦੇ ਕਮਜ਼ੋਰ ਅਤੇ ਸਮਾਜ ਵਿੱਚ ਤਾਂ ਹੀ ਉਹਨਾਂ ਨਾਲ ਵਿਤ ਕਰਾਉਂਦਾ ਹੈ ਸਮਾਜ ਵਿੱਚ ਆਦਮੀ ਨੂੰ ਔਰਤਾਂ ਦਾ ਬਰਾਬਰ ਦਰਜਾ ਨਹੀਂ ਦਿੱਤਾ ਜਾਂਦਾ ਮਾਪਿਆਂ 'ਤੇ ਹਮੇਸ਼ਾ ਹੀ ਦਬਾਅ ਪਾਇਆ ਜਾਂਦਾ ਹੈ ਕਿ ਉਹਨਾਂ ਦੀਆਂ ਧੀਆਂ ਨੂੰ ਛੱਡ ਦਿੱਤਾ ਜਾਵੇਗਾ ਕਿਉਂਕਿ ਅਗਰ ਉਹ ਦਹੇਜ ਨਹੀਂ ਦੇਣਗੇ ਸੋ ਪਾਵਰਟੀ ਜਿਹੜੀ ਹੈਗੀ ਆ ਇਸ ਦੀ ਆਪਾਂ ਰੂਟ ਕਹਿ ਸਕਦੇ ਹਾਂ ਗਰੀਬੀ ਜਸਵੰਤ ਸਿੰਘ ਕਵਲ ਨੇ ਇਸ ਨਾਵਲ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਇਸਤਰੀ ਜਾਂ ਔਰਤ ਦਾ ਇਰਾਦਾ ਦ੍ਰਿੜ ਹੁੰਦਾ ਨਾ ਤਾਂ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਆਪ ਹੀ ਜੀਵਨ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ ਤੇ ਇਸ ਨਾਵਲ ਦੇ ਵਿੱਚ ਫੋਰ ਐਗਜ਼ਾਮਪਲ ਇਹਨਾਂ ਨੇ ਜਗਰੂਪ ਦਿੱਤੀ ਹੈਗੀ ਹੈ ਕਿ ਉਹ ਸਮਾਜ ਦੇ ਅਤਿਆਚਾਰਾਂ ਦੇ ਵਿਰੁੱਧ ਸੰਘਰਸ਼ ਕਰਦੀ ਰਹਿੰਦੀ ਹੈ ਤੇ ਐਂਡ ਦੇ ਵਿੱਚ ਜਾ ਕੇ ਸਫਲ ਵੀ ਹੁੰਦੀ ਹੈ ناول ਜਿਹੜਾ ਹੈਗਾ ਦੋ ਪੀੜੀਆਂ ਦੇ ਵਿਚਕਾਰ ਘੁੰਮਦਾ ਹੈ ਪਹਿਲੀ ਪੀੜੀ ਤਾਂ ਹੈਗੀ ਹੈ ਮਾਲਣ ਅਤੇ ਜੈਕੋਰ ਦੂਜੀ ਪੀੜੀ ਹੈਗੀ ਹੈ ਜਗਰੂਪ ਅਤੇ ਉਹਦੀ ਜਠਾਣੀ ਤੇਜੋ ਤੇ ਜਗਰੂਪ ਦੀ ਮਾਂ ਦਾ ਨਾਮ ਹੈ ਮਾਲਣ ਮਾਲਣ ਦਾ لالچی ਸੋਹਰਾ ਉዚ ਇੱਛਾ ਅਨੁਸਾਰ ਦਹੇਜ ਨਾ ਲੈਣ ਕਰਕੇ ਬਹੁਤ ਉਹਨੂੰ ਜਲੀਲ ਕਰਦਾ ਹੈ ਤੰਗ ਕਰਦਾ ਹੈ ਬੁੜਬੁੜ ਕਰਦਾ ਹੈ ਪਰ ਮਾਲਣ ਦਾ ਪਤੀ ਬੂਰ ਸਿੰਘ ਹੁੰਦਾ ਹੈ ਨਾ ਤੇ ਉਹ ਪਹਿਲਾਂ ਤਾਂ ਉਸਨੂੰ ਉਹਦੀ ਖੂਬਸੂਰਤੀ ਕਰਕੇ ਪਿਆਰ ਕਰਦਾ ਹੈ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਉਹ ਕੁੜੀ ਜੰਮ ਦਿੰਦੀ ਹੈ ਨਾ ਤਾਂ ਉਸ ਨੂੰ ਘਰੋਂ ਕੱਢਣ ਦੀਆਂ ਧਮਕੀਆਂ ਦਿੰਦਾ। ਘੱਟ ਪੜੇ ਹੋਣ ਕਰਕੇ ਜਿਹੜਾ ਹੈਗਾ ਉਹ ਇਹ ਵਿਆਹ ਤੋੜਨਾ ਚਾਹੁੰਦਾ ਅਤੇ ਵੇਸਵਾ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਕੋਸ਼ਿਸ਼ ਕਰਦਾ ਪਰ ਜਿਹੜੀ ਵੇਸਵਾ ਹੁੰਦੀ ਹੈ ਸੁਲਤਾਨਾ ਉਹਦੇ ਨਾਲ ਵਿਆਹ ਕਰਾਉਣ ਲਈ ਜਵਾਬ ਦੇ ਦਿੰਦੀ ਹੈ ਕਿਉਂਕਿ ਉਹ ਕਿਸੇ ਹੋਰ ਦੇ ਨਾਲ ਅਟੈਚ ਹੋ ਜਾਂਦੀ ਹੈ ਨਾ। ਸੋ ਇਸ ਕਰਕੇ ਜਿਹੜਾ ਹੈ ਉਸ ਦੀ ਜ਼ਿੰਦਗੀ ਚ ਬੂਰ ਸਿੰਘ ਦੀ ਜ਼ਿੰਦਗੀ ਚ ਰਹਿਾਨਾ ਆਉਂਦੀ ਹੈ। ਮਤਲਬ ਉਹ ਵੇਸਵਾਵਾਂ ਦੇ ਆਲੇ ਦੁਆਲੇ ਹੀ ਘੁੰਮਦਾ ਰਹਿੰਦਾ ਹੈਗਾ ਉਸ ਦੀ ਲਾਈਫ। ਬੋੜ ਸਿੰਘ ਆਪਣੀ ਪਤਨੀ ਦੁਆਰਾ ਕੁੜੀਆਂ ਦੇ ਜੰਮਣ ਕਰਕੇ ਖੁਸ਼ ਨਹੀਂ ਹੁੰਦਾ ਹੈਨਾ ਦੋ ਕੁੜੀਆਂ ਹੋ ਜਾਂਦੀਆਂ ਲੇਕਿਨ ਅਸਲ ਦੇ ਵਿੱਚ ਜਗਰੂਪ ਜਿਹੜੀ ਹੁੰਦੀ ਹੈ ਮਾਲਣ ਦੇ ਭਰਾ ਅਤੇ ਪਰਜਾਈ ਦੀ ਡਾਕਟਰ ਹੁੰਦੀ ਹੈ ਬ੍ਰੇਕ ਦੀ ਬਿਮਾਰੀ ਕਰਕੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਹੋਰ ਹਾਲਤ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਇਦਰੋਂ ਇਹਦਾ ਜਿਹੜੀ ਮਾਲਣ ਹੁੰਦੀ ਹੈਗੀ ਆ ਇਹ ਆਪਣੇ ਬ੍ਰਦਰ ਦੇ ਘਰੇ ਜਦੋਂ ਗਈ ਹੁੰਦੀ ਆ ਉਹਦਾ ਮੁੰਡੇ ਦੀ ਡੈਥ ਹੋ ਜਾਂਦੀ ਹੈ ਤਾਂ ਉਹ ਆਪਣੀ ਕੁੜੀ ਬਣਾ ਕੇ ਉਹਨਾਂ ਦੇ ਉਸ ਦੀ ਕੁੜੀ ਨੂੰ ਲੈ ਜਾਂਦੀ ਆਪਣੇ ਭਰਾ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਕੇ ਘਰੇ ਲੈ ਆਉਂਦੀ ਆ ਤਾਂ ਬੂਰ ਸਿੰਘ ਹੋਰਨਾਲ ਚੋ ਜਾਂਦਾ ਕਿ ਦੋ ਕੁੜੀਆਂ ਹੋ ਗਈਆਂ ਹਨਾ ਉਹ ਤਾਂ ਪਹਿਲਾਂ ਇੱਕ ਤੋਂ ਦੁਖੀ ਸੀ ਸੋ ਉਸ ਦੀ ਜਿਹੜੀ ਹੈਗੀ ਆ ਬਾਅਦ ਦੇ ਵਿੱਚ ਕੀ ਹੁੰਦਾ ਹੈਗਾ ਬੂਰ ਸਿੰਘ ਦਾ ਜਗਰੂਪ ਨਾਲ ਜਿਹੜਾ ਹੈਗਾ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਉਸ ਨੂੰ ਆਪਣੀ ਡਾਟਰ ਬਹੁਤ ਪਿਆਰੀ ਲੱਗਣ ਲੱਗ ਜਾਂਦੀ ਹੈ ਉਸਾ ਮਾਸੂਮ ਚਿਹਰਾ ਕਿਉਂਕਿ ਉਹਦੇ ਨਾਲ ਉਸਦੇ ਕੋਲ ਬੈਠਦੀ ਹੈ ਖੇਡਦੀ ਹੈ ਨਾ ਸੋ ਪਿਆਰ ਪੈਦਾ ਹੋ ਜਾਂਦਾ ਹੈ ਆਪਣੀ ਬੇਟੀ ਪ੍ਰਤੀ ਉਸ ਨੂੰ ਨਹੀਂ ਪਤਾ ਹੁੰਦਾ ਕਿ ਇਹ ਮੇਰੀ ਬੇਟੀ ਨਹੀਂ ਹੈ ਉਸ ਟਾਈਮ ਤੱਕ ਵੱਡੀ ਲੜਕੀ ਸਤਵੰਤ ਦਾ ਰਿਸ਼ਤਾ ਥਾਣੇ ਦਾ ਨਾਲ ਤੈਅ ਹੋ ਜਾਂਦਾ ਹੈ ਅੱਛੇ ਘਰ 'ਚ ਤੇ ਜਗਰੂਪ ਵੀ ਵੱਡੀ ਹੋ ਕੇ ਥੋੜੀ ਜੀ ਚੁਸਤ ਹੋ ਜਾਂਦੀ ਹੈ ਸਿਆਣੀ ਹੋ ਜਾਂਦੀ ਹੈ ਸਮਝਦਾਰ ਅਤੇ ਸੁੰਦਰ ਵੀ ਹੋ ਜਾਂਦੀ ਹੈ ਹਰਨੇਕ ਸਿੰਘ ਜੋ ਕਿ ਬੂੜ ਦੇ ਬੂਰ ਸਿੰਘ ਦੇ ਮਾਲਣ ਦਾ ਲੜਕਾ ਹੈ ਸੋ ਇਹ ਇਹ ਮਾਲਣ ਦੇ ਲੜਕਾ ਵੀ ਹੁੰਦਾ ਹ ਹਰਨੀਕ ਸਿੰਘ ਸੋ ਉਹ ਜਿਹੜਾ ਹੈਗਾ ਆਪਣੇ ਪਿਤਾ ਵਾਂਗੂ ਵਾਂਗ ਹੀ ਪੜੀਆਂ ਅੰਤਾਂ ਚ ਪੈ ਜਾਂਦਾ ਵੱਡਾ ਹੋ ਕੇ ਮਾਲਣ ਜਗਰੂਪ ਨੂੰ ਜੋ ਕਿ ਉਸਦੇ ਭਰਾ ਦੀ ਧੀ ਹੈ ਉਹ ਕਿਸੇ ਨੂੰ ਵੀ ਇਹ ਭੇਤ ਨਹੀਂ ਦੱਸਦੀ ਪਰ ਜਦੋਂ ਉਹਦੀ ਵੱਡੀ ਲੜਕੀ ਦਾ ਮਾਲਣ ਦਾ ਤੇ ਬੂਰ ਸਿੰਘ ਦੇ ਵੱਡੀ ਲੜਕੀ ਦਾ ਵਿਆਹ ਹੁੰਦਾ ਹ ਹੋਣ ਵਾਲਾ ਹੁੰਦਾ ਸਤਵੰਤ ਦਾ ਤਾਂ ਵਿਆਹ ਤੇ ਨਾਨਕਾ ਮੇਲ ਆਂਦਾ ਹੈ ਤਾਂ ਇਹ ਗੱਲ ਬਾਹਰ ਆ ਜਾਂਦੀ ਹੈ ਕਿ ਇਹ ਤਾਂ ਇਹਦੇ ਭਰਾ ਦੀ ਕੁੜੀ ਹੈ ਤਾਂ ਬੂਰ ਸਿੰਘ ਜਿਹੜਾ ਹੁੰਦਾ ਬਹੁਤ ਗੁੱਸਾ ਹੁੰਦਾ ਉਹਨਾਂ ਦੀ ਚਤਤਗਰਾਰ ਬੂਰ ਸਿੰਘ ਤੇ ਮਾਲਣ ਚ ਹੋਰ ਵੱਜ ਜਾਂਦੀ ਹੈ ਅਤੇ ਬੂਰ ਸਿੰਘ ਜਗਰੂਪ ਦੀ ਪੜ੍ਹਾਈ ਦਾ ਖਰਚਾ ਜਿਹੜਾ ਹੈਗਾ ਵਿਆਹ ਦਾ ਖਰਚਾ ਦੇਣ ਤੋਂ ਇਨਕਾਰ ਕਰਦਾ ਹੈ ਕਿ ਮੇਰੀ ਤੀਨੀ ਤਾਂ ਮੈਂ ਖਰਚੇ ਨਹੀਂ ਦੇਣੀ ਤੇ ਉਸ ਨੂੰ ਤੰਗ ਕਰਦਾ ਹੈਗਾ ਕਿ ਉਹ ਜਿਹੜਾ ਹੈਗਾ ਜ਼ਮੀਨ ਆਪਣੇ ਨਾਮ ਕਰਾਵੇ ਉਧਰੋਂ ਜਗਰੂਪ ਦਾ ਜੀਜਾ ਵੀ ਉਸ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਦਾ ਸਤਵੰਤ ਦਾ ਹਸਬੈਂਡ ਜਗਰੂਪ ਦਾ ਵਿਆਹ ਉਹ ਜਹਾਨੀ ਕੇਸਨਾਲ ਹੋ ਜਾਂਦਾ ਹੈਗਾ ਬਿਕੋਜ਼ ਉਹਨਾਂ ਦੀ ਕਾਫੀ ਅਟੈਚਮੈਂਟ ਹੁੰਦੀ ਹੈ ਵਿਆਹ ਤੋਂ ਪਹਿਲਾਂ ਸੋ ਉਹਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਕੇਸਰ ਨਾਲ ਤਾਂ ਜਗਰੂਪ ਦੀ ਜ਼ਿੰਦਗੀ ਪਹਿਲਾਂ-ਪਹਿਲਾਂ ਬਹੁਤ ਸਹੀ ਚੱਲਦੀ ਹੈ ਪਰ ਫਿਰ ਉਸ ਨੂੰ ਜਿਹੜਾ ਹੈਗਾ ਆਪਣੇ ਸੋਹਰੇ ਕਰਦੀ ਅਸਲੀਤ ਪਤਾ ਲੱਗਦੀ ਹੈ ਉਸ ਦੀ ਜਠਾਣੀ ਜਿਹੜੀ ਤੇਜੋ ਹੈ ਤੇ ਉਸ ਦਾ ਸੋਹਰਾ ਜਿਹੜਾ ਹੈਗਾ ਮਤਲਬ ਕਿ ਉਸ ਨੂੰ ਛੱਡਣ ਦਾ ਡਰਾਵਾ ਦਿੰਦਾ ਹੈ ਉਸ ਦਾ ਸਰੀਰ ਅਕਸ਼ੋਸ਼ਨ ਕਰਦਾ ਹੈ ਤੰਗ ਕਰਦਾ ਹੈ ਤਾਂ ਤੇਜੋ ਨੂੰ ਤਾਂ ਉਹ ਆਪਣਾ ਸ਼ਿਕਾਰ ਬਣਾ ਲੈਂਦਾ ਜਗਰੂਪ ਨੂੰ ਵੀ ਆਪਣੀ ਹਵਲ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ ਪਰ ਜਿਹੜੀ ਜਗਰੂਬ ਹੁੰਦੀ ਹੈ ਤੇਜੋ ਦੇ ਮੁਕਾਬਲੇ ਪੜ੍ਹੀ ਲਿਖੀ ਹੁੰਦੀ ਹੈ ਸੁੰਦਰ ਹੁੰਦੀ ਹੈ ਉਹਦੀ ਇੱਛਾ ਪੂਰੀ ਨਹੀਂ ਹੋਣ ਦਿੰਦੀ ਸਾਸੀ ਹੁੰਦੀ ਹੈ ਤੇ ਡਟ ਕੇ ਮੁਕਾਬਲਾ ਕਰਦੀ ਹੈ ਪਰ ਅੰਡੇ ਚ ਸੋਰਾ ਕੀ ਕਰਦਾ ਉਸ ਨੂੰ ਦੂਸ਼ਣ ਲਗਾ ਕੇ ਉਸ ਤੇ ਇਲਜ਼ਾਮ ਲਗਾ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੰਦਾ ਜਗਰੂਬ ਦਾ ਪਿਓ ਵਰਗਾ ਚਾਚਾ ਹੁੰਦਾ ਹੈ ਜੈਬੂ ਉਹ ਵੀ ਉਸ ਨੂੰ ਗਲਤ ਨਜ਼ਰ ਨਾਲ ਦੇਖਦਾ ਦੇਖੋ ਕਿੰਨਾ ਸਾਹਮਣਾ ਕਰਨਾ ਪੈਂਦਾ ਹੈ ਹਨਾ ਥਾਂ ਥਾਂ ਤੇ ਜਲਾਲਤ ਦਾ ਸਕੂਲ ਦਾ ਮਾਸਟਰ ਤੱਕ ਉਸ ਵੱਲ ਗਲਤ ਨਜ਼ਰ ਰੱਖਦਾ ਹੈ ਇਸ ਤੋਂ ਇਲਾਵਾ ਥਾਣੇਦਾਰ ਹੋ ਗਿਆ ਕਲਰਕ ਹੋ ਗਿਆ ਇਹ ਵੀ ਅਜਿਹੇ ਪਾਤਰ ਨੇ ਜੋ ਚਰਿੱਤਰਹੀਨ ਨੇ ਅਤੇ ਉਹਨਾਂ ਦੇ ਚਰਿੱਤਰ ਤੋਂ ਉਹਨਾਂ ਦੀ ਮਾਨਸਿਕਤਾ ਵੀ ਝਲਕਦੀ ਹੈ ਕਿ ਉਹੋ ਇਸਤਰੀ ਪ੍ਰਤੀ ਕਿਹੋ ਜਿਹਾ ਵਿਚਾਰ ਰੱਖਦੇ ਨੇ ਇਸ ਨਾਵਲ ਦੇ ਵਿੱਚ ਨਸ਼ਿਆਂ ਦੀ ਵੀ ਨਿੰਦਾ ਕੀਤੀ ਗਈ ਹੈ ਕਮਲਜੀ ਦੁਆਰਾ ਬੋਰ ਸਿੰਘ ਆਪ ਵੀ ਸ਼ਰਾਬ ਪਿੰਦਾ ਆਪਣੇ ਮੁੰਡੇ ਨੂੰ ਵੀ ਪਲਾਉਂਦਾ ਤੇ ਜਵਾਈ ਨੂੰ ਵੀ ਪਲਾਉਂਦਾ ਅਤੇ ਜੈਬੂ ਵਰਗੇ ਜਿਹੜੇ ਲੋਕ ਨੇ ਜਿਹੜੇ ਜਗਰੂਪ ਦੇ ਚਾਚੇ ਨੇ ਚਾਚਾ ਹੈਗਾ ਤਾਂ ਉਹਨਾਂ ਲੋਕਾਂ ਦਾ ਵੀ ਜ਼ਿਕਰ ਕੀਤਾ ਜੋ ਨਸ਼ਿਆਂ ਦਾ ਲਾਲਚ ਦੇ ਦੇ ਕੇ ਲੜਕੀਆਂ ਤੋਂ ਆਪਣਾ ਕੰਮ ਕਢਵਾਉਂਦੇ ਨੇ ਨਾਵਲ ਵਿੱਚ ਸਰਕਾਰੀ ਦਫਤਰਾਂ ਵਿੱਚ ਚਲਦੀ ਰਿਸ਼ਤੇ ਰਜਿਸਟਰਤ ਖੋਰੀ ਸ਼ਰਾਬ ਖੋਰੀ ਦਾ ਵੀ ਜ਼ਿਕਰ ਕੀਤਾ ਗਿਆ ਸਮਾਜਿਕ ਜੀਵਨ ਦੇ ਮੁੱਦੇ ਪੇਸਵਾ ਪੁਣਾ ਅਨਪੜਤਾ ਦਾਜ ਨੂੰ ਵੀ ਜਿਹੜਾ ਹੈਗਾ ਸਰੀਰਕ ਸ਼ੋਸ਼ਣ ਨੂੰ ਵੀ ਜਿਹੜਾ ਹੈਗਾ ਚੱਕਿਆ ਗਿਆ ਪੇਸ਼ ਕੀਤਾ ਗਿਆ ਨਾਵਲ ਕਾਰੇ ਦੱਸਦਾ ਹੈ ਕਿ ਅਜਿਹੇ ਸਮਾਜ ਵਿੱਚ ਔਰਤ ਸਿਰਫ ਆਪਣੀ ਸੂਝ-ਬੂਝ ਆਤਮ ਵਿਸ਼ਵਾਸ ਮਿਹਨਤ ਅਤੇ ਪੜ੍ਹ ਲਿਖ ਕੇ ਹੀ ਆਪਣਾ ਬਚਾਅ ਕਰ ਸਕਦੀ ਹੈ ਕਿ ਜਦੋਂ ਸਮਾਜ ਇਹ ਹੋ ਜਾਵੇ ਸਮਾਜਿਕ ਸਮੱਸਿਆਵਾਂ ਸਮਾਜਿਕ ਕੋੜ ਦਾ ਕੰਮ ਕਰਦੀਆਂ ਇੱਕ ਬਿਮਾਰੀ ਦਾ ਕੰਮ ਕਰਦੀਆਂ ਜਿਹਦਾ ਕੋਈ ਇਲਾਜ ਨਹੀਂ ਹੈ ਇਸਤਰੀ ਨੂੰ ਸਮਾਜ ਅਤੇ ਪਰਿਵਾਰ ਦੋਨਾਂ ਦੀ ਮਾਰ ਪੈਂਦੀ ਹੈ ਘਰ ਤੋਂ ਵੀ ਪੈਂਦੀ ਹੈਗੀ ਹੈ ਹਨਾ ਕਿ ਸਹੁਰੇ ਜਾਂ ਅਤੇ ਸਹੁਰੇ ਤੋਂ ਵੀ ਬੰਦਾ ਕਿ ਆਪਣੇ ਪੇਕੇ ਘਰੇ ਜਾ ਤਾ ਤਾਂ ਸਮਾਜ ਜਿਹੜਾ ਹੈਗਾ ਉਹਨੂੰ ਉਹਨੂੰ ਦਬਾ ਕੇ ਰੱਖਦਾ ਹੈ ਇਸਤਰੀ ਨੂੰ ਕਿਉਂਕਿ ਪਿਤ੍ਰਮੰਚੀ ਪਰਿਵਾਰ ਹੈ ਇੱਕ ਪਾਸੇ ਮਾਲਣ ਦਾ ਕਿਰਦਾਰ ਦਿਖਾਇਆ ਗਿਆ ਹੈ ਜਿਸ ਵਿੱਚ ਉਹ ਸਭ ਕੁਝ ਚੁੱਪਚਾਪ ਸਹਿੰਦੀ ਹੈ ਦੂਜੇ ਪਾਸੇ ਉਸ ਦੀ ਜੀਜਾ ਗਰੂਪ ਹੈ ਜੋ ਕਿ ਸਾਸੀ ਹੈ ਸਜੇਤ ਹੈ ਆਤਮ ਵਿਸ਼ਵਾਸੀ ਹੈ ਪੜ੍ਹੀ ਲਿਖੀ ਹੈ ਸਮਾਜ ਦਾ ਟੱਟ ਕੇ ਮੁਕਾਬਲਾ ਕਰਦੀ ਹੈ ਮਾਲਣਵਾਂਗਾ ਤਿਆਰ ਨਹੀਂ ਸੁਟਦੀ ਗਰੀਬ ਹੋਣ ਦੇ ਬਾਵਜੂਦ ਉਹ ਹਿੰਮਤ ਨਹੀਂ ਹਾਰਦੀ ਬੇਸ਼ੱਕ ਉਹਦੇ ਕੋਲ ਕੋਈ ਪੈਸਾ ਨਹੀਂ ਹੈ ਧਨ ਨਹੀਂ ਹੈ ਲੇਕਿਨ ਫਿਰ ਵੀ ਉਹ ਐਂਡ ਤੱਕ ਲੜਦੀ ਹੈ ਤੇ ਜਿੱਤਦੀ ਹੈ ਠੀਕ ਹੈ ਜੀ ਉਹ 10ਵੀਂ ਪਾਸ ਕਰਦੀ ਹੈ ਅਤੇ ਬੇਸਿਕ ਵੀ ਪਾਸ ਕਰਦੀ ਹੈ ਮਾਸਟਰ ਨਹੀਂ ਲੱਗ ਜਾਂਦੀ ਹੈ ਕਿਉਂਕਿ ਉਸ ਟਾਈਮ ਮਾਸਟਰ ਨਹੀਂ 10ਵੀਂ ਤੋਂ ਬਾਅਦ ਬੇਸਿਕ ਦਾ ਕੋਰਸ ਕਰਕੇ ਗਿਆਨੀ ਦਾ ਕੋਰਸ ਕਰਕੇ ਜਿਹੜਾ ਹੈਗਾ ਟੀਚਰ ਦੀ ਜੌਬ ਲੱਗ ਜਾਂਦੀ ਸੀ ਸੋ ਇਸ ਕਰਕੇ ਉਹ ਮਾਸਟਰਨੀ ਪੜ੍ਹ ਲਿੱ ਕੇ ਲੱਗ ਜਾਂਦੀ ਹੈ ਜੈਬੂ ਬਦਮਾਸ਼ ਜਿਹੜਾ ਉਹਦਾ ਚਾਚਾ ਹੁੰਦਾ ਹੈਗਾ ਅਤੇ ਖਲਰਕ ਦਾ ਡੱਟ ਕੇ ਉਹ ਮੁਕਾਬਲਾ ਕਰਦੀ ਹੈ ਆਪਣੇ ਪਤੀ ਨੂੰ ਵੀ ਉਹ ਕਹਿੰਦੀ ਹੈ ਕਿ ਨੌਕਰੀ ਛੱਡ ਕੇ ਬਿਟੀ ਕਰਨ ਲਈ ਮਨਾ ਲੈਂਦੀ ਹੈ ਕਿ ਤੂੰ ਬਿਟੀ ਕਰ ਇਸ ਨਾਵਲ ਦਾ ਵਿਸ਼ਾ ਦੋ ਪੀੜੀਆਂ ਦੀ ਤੁਲਨਾਤਮਕ ਕਹਾਣੀ ਹੈ ਇੱਕ ਪੀੜੀ ਦੀ ਇਸਤਰੀ ਬੇਵੱਸ ਉਹ ਕਿ ਸਮਾਜ ਵਿੱਚ ਰਹਿੰਦੀ ਹੈ ਪਰ ਦੂਜੀ ਪੀੜੀ ਦੀ ਇਸਤਰੀ ਨਾਰੀਵਾਦੀ ਸੋਚ ਰੱਖਦੀ ਹੈ ਉਹ ਸਾਰੇ ਸਮਾਜ ਵਿੱਚ ਡਟ ਕੇ ਰਹਿੰਦੀ ਹੈ ਅਤੇ ਅੰਤ ਵਿੱਚ ਸਫਲ ਹੋ ਜਾਂਦੀ ਹੈ। ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ।